ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਅਮ੍ਰਿਤਾ ਮਦਾਨ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੀ ਹਾਂ ਕਰੀਅਰ ਗਾਈਡੈਂਸ ਦੇ ਇਸ ਖਾਸ ਸ਼ੋਅ ਵਿੱਚ। ਦਰਸ਼ਕੋ, ਇੱਕ ਵਾਰ ਫਿਰ ਤੋਂ ਸਾਨੂੰ ਗਾਈਡ ਕਰਨ ਲਈ ਸਾਡੇ ਨਾਲ ਮੌਜੂਦ ਨੇ ਪਿਰਾਮਿਡ ਈ ਸਰਵਿਸਿਸ ਤੋਂ ਪਵਨੂਰ ਸਿੰਘ ਬੇਦੀ। ਪਵਨੂਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਸ਼ੋਅ ਵਿੱਚ। ਸਾਡੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਨਿੱਘਾ ਅਤੇ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਹਾਂਜੀ ਮੈਮ, ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਅਦੀਬ ਗੱਲ ਕਰ ਰਿਹਾ ਜੀ। ਐਕਚੁਅਲੀ ਮੈਂ ਪੁੱਛਣਾ ਸੀ, ਜਿੱਦਾਂ ਨਾ ਮੇਰੇ ਸਾਡੇ ਜੇ 6th ਬੈਂਡ ਆਇਆ, ਮੇਰੇ 26 ਤਰੀਕ ਨੂੰ ਰਿਜ਼ਲਟ ਆਇਆ ਸੀ। ਠੀਕ ਹੈ। ਮੈਂ ਐਕਚੁਅਲੀ, ਮੇਰੀ ਨਾ ਪ੍ਰੈਫਰੈਂਸ ਸ਼ੈਰਟਨ ਕਾਲਜ ਹੀ ਆ, ਔਰ ਲੈਣਾ ਮੈਂ ਸਪਟੰਬਰ ਹੀ ਆ, ਕਿ ਮਿਲ ਜਾਏਗਾ ਮੈਨੂੰ? ਕਿਹੜੇ ਕਾਲਜ ਜੀ? ਸਰ ਸ਼ੈਰਟਨ ਕਾਲਜ। ਕੀ ਨਾਨ ਮੈਡੀਕਲ ਕੀਤੀ, ਕਮਰਸ ਕੀਤੀ? ਸਰ ਨਾਨ ਮੈਡੀਕਲ, ਮੇਰੇ 75% ਨੰਬਰ ਹੈ, ਇਸੇ ਸਾਲ ਕੀਤੀ ਹੈ। ਦੋਸਤੋ, ਸ਼ੈਰਟਨ ਤਾਂ ਹੁਣ ਬਹੁਤ ਡਿਲੇ ਹੋ ਗਿਆ, ਬਹੁਤ ਲੇਟ ਹੋ ਗਿਆ। ਸ਼ੈਰਟਨ ਕਾਲਜ ਮਿਲਣਾ ਤਾਂ ਇਜ਼ ਗੋਇੰਗ ਟੂ ਬੀ ਵੈਰੀ ਵੈਰੀ ਡਿਫਿਕਲਟ, ਬਟ ਟਰਾਈ ਕਰ ਸਕਦੇ ਹਾਂ। ਕਈ ਵਾਰੀ ਕੀ ਹੁੰਦਾ ਕਿ ਕੁਝ ਸੀਟਾਂ ਅਵੇਲੇਬਲ ਹੋ ਜਾਂਦੀਆਂ ਹੈ, ਕੁਝ ਬੱਚਿਆਂ ਦਾ ਵੀਜ਼ਾ ਰਿਫਿਊਜ਼ ਹੋ ਗਏ, ਜਾਂ ਕਿਸੇ ਕਾਰਨਵਸ਼ ਉਹਨਾਂ ਨੇ ਸੀਟ ਅਵੇਲ ਨਹੀਂ ਕੀਤੀ, ਕਿਸੇ ਹੋਰ ਕਾਲਜ ਅਪਲਾਈ ਕਰਤਾ ਜਾਂ ਟ੍ਰਾਂਸਫਰ ਲੈ ਲਿਆ, ਅਤੇ ਕੁਝ ਲਾਸਟ ਮਿਨਟ ਸੀਟਸ ਅਵੇਲੇਬਲ ਹੋ ਜਾਂਦੀਆਂ। ਪਰ ਇਸ ਵੇਲੇ ਸ਼ੈਰਡਨ ਕਾਲਜ ਦੀਆਂ ਸੀਟਸ ਕਲੋਜ਼ਡ ਆ ਰਹੀਆਂ ਹੈ, ਇੱਕ ਦੋ ਪ੍ਰੋਗਰਾਮ ਛੱਡ ਕੇ। ਮੇਰੀ ਸਲਾਹ ਇਹ ਹੀ ਹੋਏਗੀ ਕਿ ਆ ਕੇ ਸਾਡੇ ਕਾਊਂਸਲਰ ਦੇ ਨਾਲ ਫੇਸ ਟੂ ਫੇਸ ਗੱਲ ਕਰੋ, ਕਿਉਂਕਿ ਇਸ ਵੇਲੇ ਮੇਰੇ ਸਾਹਮਣੇ ਵੀ ਕੰਪਿਊਟਰ ਨਹੀਂ ਹੈ, ਉਹਨਾਂ ਦੇ ਪੋਰਟਲ 'ਤੇ ਸਾਰਾ ਆ ਜਾਂਦਾ ਕਿਹੜਾ ਖੁੱਲ੍ਹਾ ਕਿਹੜਾ ਬੰਦ ਹੈ। ਆ ਕੇ ਮੇਰੀ ਟੀਮ ਦੇ ਨਾਲ ਗੱਲ ਕਰੋ, ਮੇਰੇ ਵੀਜ਼ਾ ਕਾਊਂਸਲਰ ਦੇ ਨਾਲ ਗੱਲ ਕਰੋ, ਉਹਨਾਂ ਨਾਲ ਗੱਲਬਾਤ ਕਰਕੇ ਯੂਨੋ ਤੁਹਾਨੂੰ ਮੌਕੇ 'ਤੇ ਅਸੈਸਮੈਂਟ ਹੋ ਜਾਏਗੀ ਕਿ ਹਾਂ ਵੀ ਮਿਲ ਸਕਦਾ ਕਿ ਨਹੀਂ ਮਿਲ ਸਕਦਾ। ਅਗਰ ਸ਼ੈਰਡਨ ਕਾਲਜ ਨਹੀਂ ਮਿਲ ਸਕਦਾ ਤਾਂ ਹੋਰ ਕਿਹੜੀਆਂ ਆਪਸ਼ਨਸ ਹੈਗੀਆਂ ਜਿਹੜੀਆਂ ਸਪਟੰਬਰ ਦੇ ਵਿੱਚ ਓਪਨ ਹੈਗੀਆਂ, ਉਹ ਫੇਸ ਟੂ ਫੇਸ ਗੱਲਬਾਤ ਕਰਕੇ ਵੀ ਵਿਲ ਟੈਲ ਯੂ 5-7-10 ਆਪਸ਼ਨਾਂ ਦੇਵਾਂਗੇ। ਜੇ ਠੀਕ ਲੱਗਦਾ ਹੋਇਆ ਤਾਂ ਠੀਕ ਹੈ, ਨਹੀਂ ਤਾਂ ਜਨਵਰੀ ਵਿੱਚ ਸ਼ੈਰਡਨ ਓਪਨ ਹੈ, ਜਨਵਰੀ ਵਿੱਚ ਸ਼ੈਰਡਨ ਕਰ ਪਾਵਾਂਗੇ ਜੀ। ਸਰ, ਜਿਹੜੇ ਬੱਚੇ ਸਪਟੰਬਰ ਇਨਟੇਕ ਲਈ ਕੋਈ ਪਰਟੀਕੁਲਰ ਕਾਲਜ ਜਾਂ ਸ਼ਹਿਰ ਚਾਹੁੰਦੇ ਨੇ, ਕੀ ਸਲਾਹ ਦੋਗੇ ਉਹਨਾਂ ਨੂੰ? ਸੀ ਦੇਖੋ, ਅਲਟੀਮੇਟਲੀ ਪੜ੍ਹਾਈ ਕਰਨ ਜਾਣਾ ਸਾਡਾ ਮਕਸਦ ਹੈ, ਕੈਨੇਡਾ ਵਿੱਚ ਜਾ ਕੇ ਇੱਕ ਅੱਛਾ ਭਵਿੱਖ ਬਣਾਉਣ ਦਾ, ਇੱਕ ਚੰਗੀ ਲਾਈਫ ਸਟਾਈਲ ਜੀਣ ਦਾ, ਇੱਕ ਚੰਗਾ ਆਬੋ ਹਵਾ ਵਿੱਚ ਸ਼ਿਫਟ ਹੋਣ ਦਾ। ਅਗਰ ਤੁਹਾਡਾ ਮਕਸਦ ਪਹਿਲੇ ਦਿਨ ਤੋਂ ਹੀ ਹੈ ਕਿ ਪਾਪਾ ਉਸ ਜਗ੍ਹਾ 'ਤੇ ਚੱਲ ਜਾਈਏ, ਉਸ ਰਿਸ਼ਤੇਦਾਰ ਕੋਲ ਚੱਲ ਜਾਈਏ, ਫਿਰ ਪੜ੍ਹਾਈ ਛੱਡ ਦਈਏ, ਤਾਂ ਅਲਟੀਮੇਟਲੀ ਵਾਪਸ ਹੀ ਆਉਣਾ ਪਏਗਾ, ਕਿਉਂਕਿ ਅੱਜ ਆਉਣ ਵਾਲਾ ਟਾਈਮ ਕੋਈ ਇੰਨਾ ਰੋਜ਼ੀ ਨਹੀਂ ਹੈ ਜੀ। ਸਤਿ ਸ਼੍ਰੀ ਅਕਾਲ। ਜੀ ਮਨਿੰਦਰ, ਠੀਕ ਹੈ ਮਨਿੰਦਰ? ਓਕੇ, ਮੈਂ ਤੇ ਲੋਕਲੀ ਅਪਲਾਈ ਕੀਤਾ ਸੀ ਫਰੀਦਕੋਟ ਕਿਸੇ ਕੰਸਲਟੈਂਟ ਤੋਂ। ਆਰਟਸ ਵਿੱਚ ਕਿੰਨੇ ਨੰਬਰ ਹੈ? ਸਰ ਆਰਟਸ ਵਿੱਚ 65 ਹੈ, ਪਰ ਮੈਥ ਦੇ ਵਿੱਚ 44% ਆ। ਮਤਲਬ ਆਰਟਸ ਦੇ ਨਾਲ ਤੁਸੀਂ ਮੈਥ ਐਡੀਸ਼ਨਲ ਰੱਖਿਆ ਸੀ? ਜੀ, ਐਡੀਸ਼ਨਲ ਰੱਖਿਆ ਸੀ, ਬਿਲਕੁਲ। ਔਰ ਪੜ੍ਹਾਈ ਕਿਹੜੀ ਕਰਨ ਜਾ ਰਹੇ ਸੀਗੇ? ਸਰ ਮੈਂ ਦੇਖਿਆ ਸੀ, ਮੈਨੂੰ ਉਹਨਾਂ ਨੇ ਕੋਰਸ ਸਟੱਡੀ ਦੇ ਰਿਲੇਟਡ ਦਿੱਤਾ ਸੀ, ਬਟ ਮੈਨੂੰ ਕਨਫਰਮ ਨਹੀਂ ਹੈ, ਬਟ ਉਹਨੇ ਨਾ ਮੇਰੇ ਫਾਦਰ ਸਾਹਿਬ ਨੇ ਸਾਰੇ ਦੇਖਿਆ ਸੀਗਾ। ਓਕੇ, ਹਾਂਜੀ ਹਾਂਜੀ ਹਾਂਜੀ। ਤੇ ਬਾਕੀ ਕਿਹੜੇ ਹੁਣ? ਉਦੋਂ ਵੀ ਤੁਹਾਡੇ ਆਇਲਸ ਵਿੱਚ 6.5 ਇੰਚ ਸੀਗੇ? ਓਕੇ, ਸੋ ਐਸ ਡੀ ਐਸ ਦਾ ਵੀਜ਼ਾ ਅਪਰੂਵਲ ਰੇਟ ਇਸ ਵੇਲੇ ਬਹੁਤ ਅੱਛਾ ਆ ਰਿਹਾ ਹੈ। ਪਿਰਾਮਿਡ ਦਾ ਆਪਣਾ 85-90% ਤੋਂ ਉੱਪਰ ਵੀਜ਼ਾ ਆ ਰਿਹਾ ਹੈ। ਜਿਹਨਾਂ ਬੱਚਿਆਂ ਦਾ ਗੈਪ ਬਹੁਤ ਜ਼ਿਆਦਾ ਹੈ ਜਾਂ ਨੰਬਰ ਬਹੁਤ ਘੱਟ ਸੀ, ਸਿਰਫ ਉਹਨਾਂ ਦਾ ਹੀ ਵੀਜ਼ਾ ਰਿਫਿਊਜ਼ ਹੋ ਰਿਹਾ ਹੈ, ਬਾਕੀ ਸਾਰਿਆਂ ਦਾ ਆਲਮੋਸਟ ਲੱਗ ਰਿਹਾ। ਆਈ ਐਮ ਕੁਆਇਟ ਸਰਪ੍ਰਾਈਜ਼ਡ ਕਿ ਤੁਹਾਡਾ ਕਿੱਦਾਂ ਵੀਜ਼ਾ ਰਿਫਿਊਜ਼ ਹੋ ਗਿਆ, ਪਰ ਕੋਈ ਘਬਰਾਉਣ ਵਾਲੀ ਗੱਲ ਨਹੀਂ। ਬਠਿੰਡੇ ਵਿੱਚ ਜਾਂ ਮੋਗੇ ਵਿੱਚ ਸਾਡਾ ਦਫ਼ਤਰ ਹੈ, ਤੁਸੀਂ ਉੱਥੇ ਜਾ ਕੇ ਸਾਡੇ ਬ੍ਰਾਂਚ ਮੈਨੇਜਰ ਦੇ ਨਾਲ, ਸਾਡੇ ਵੀਜ਼ਾ ਕਾਊਂਸਲਰ ਨਾਲ ਗੱਲਬਾਤ ਕਰ ਸਕਦੇ ਹੋ। ਆਈ ਐਮ ਸ਼ੋਰ ਕਿ ਤੁਹਾਡਾ ਸਪਟੰਬਰ ਵਿੱਚ ਮੁੜ ਕੇ ਅਗਰ ਫਾਈਲ ਤੁਹਾਡੀ ਲਾਈ ਜਾਏ ਤਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਨਾ ਹੀ ਤੁਹਾਡਾ ਗੈਪ ਹੈ, ਪਰਸੈਂਟੇਜ ਤੁਹਾਡੀ ਠੀਕ ਹੈ, ਆਈਲੈਟਸ ਤੁਸੀਂ ਨੰਬਰ ਠੀਕ ਠਾਕ ਅਚੀਵ ਕਰ ਲਏ ਹੈ। ਸੋ ਇਹ ਤਿੰਨੋਂ ਚੀਜ਼ਾਂ ਤੁਹਾਡੀਆਂ ਠੀਕ ਪੈ ਰਹੀਆਂ ਹੈ, ਮੈਨੂੰ ਲੱਗਦਾ ਹੈ ਕਿ ਤੁਹਾਡਾ ਕੇਸ ਲੰਘ ਜਾਏਗਾ। ਆ ਕੇ ਸਾਡੇ ਦਫ਼ਤਰ ਵਿੱਚ ਵਿਜ਼ਿਟ ਕਰੋ, ਆਪਾਂ ਡਿਟੇਲ ਵਿੱਚ ਡਾਕੂਮੈਂਟਸ ਦੇਖ ਕੇ ਤੁਹਾਡੇ ਅਕੈਡਮਿਕਸ ਦੇ, ਆਇਲਸ ਦੇ, ਸਟੱਡੀ ਗੈਪ ਦੇ, ਔਰ ਪਰਲੇ ਤੁਹਾਡਾ ਕਿਹੜੀ ਤੁਹਾਡੀ ਪੜ੍ਹਾਈ ਸੀਗੀ, ਕਿਹੜਾ ਕਾਲਜ ਸੀ, ਕਿਹੜਾ ਕੋਰਸ ਸੀ, ਉਹ ਇੱਕ ਵਾਰੀ ਚੈੱਕ ਕਰਕੇ ਤੁਹਾਨੂੰ ਨਵੀਂ ਆਪਾਂ ਯੂਨੋ ਆਪਸ਼ਨ ਸੁਜੈਸਟ ਕਰ ਪਾਵਾਂਗੇ। ਸੋ ਪਲੀਜ਼ ਵਿਜ਼ਿਟ ਕਰੋ ਮੋਗੇ ਵਿੱਚ ਜਾਂ ਬਠਿੰਡੇ ਵਿੱਚ, ਔਰ ਆ ਕੇ ਉੱਥੇ ਆਪਣੀ ਫਰਦਰ ਅਸੈਸਮੈਂਟ ਕਰਵਾ ਕੇ ਸਪਟੈਂਬਰ ਸੈਸ਼ਨ ਲਈ ਅਪਲਾਈ ਕਰੋ। ਦਰਸ਼ਕੋ, ਪਿਰਾਮਿਡ ਈ ਸਰਵਿਸਿਸ ਤੋਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ। ਨੰਬਰ ਹੈ 9256639256 ਨੰਬਰ ਤੁਹਾਡੀ ਸਕਰੀਨ 'ਤੇ ਵੀ ਆ ਰਿਹਾ। ਸਰ, ਜਿੱਦਾਂ ਅਸੀਂ ਰਿਫਿਊਜ਼ਲ ਦੀ ਗੱਲ ਕਰ ਰਹੇ ਹਾਂ, ਜਿਹੜੇ ਨੋਨ ਐਸ ਡੀ ਐਸ ਵਿੱਚ ਆ ਰਹੇ ਰਿਫਿਊਜ਼ਲਸ, ਉਹਨਾਂ ਨੂੰ ਕੀ ਕਹੋਗੇ? ਸੀ ਦੇਖੋ, ਅੱਜ ਕੱਲ੍ਹ ਮਾਪਿਆਂ ਦਾ ਬੱਚਿਆਂ 'ਤੇ ਜ਼ੋਰ ਨਹੀਂ ਚੱਲਦਾ। ਬੱਚਿਆਂ ਨੂੰ ਚਾਹੇ ਜਿੰਨਾ ਮਰਜ਼ੀ ਸਮਝਾਇਆ ਜਾਵੇ ਕਿ ਆਇਲਸ ਵਿੱਚ ਇੰਪਰੂਵਮੈਂਟ ਲੈ ਕੇ ਆ ਜਾਓ, ਕਰ ਲਓ ਤਿਆਰੀ, ਹੋਰ ਕਰ ਲਓ, ਬੱਚਿਆਂ ਦੇ ਹੱਥ ਖੜ੍ਹੇ ਹੋ ਜਾਂਦੇ, ਨਹੀਂ ਜੀ ਸਾਡੇ ਤੋਂ ਨਹੀਂ ਹੁੰਦਾ। ਮਾਪਿਆਂ ਨੂੰ ਲੱਗਦਾ ਕਿਤੇ ਇਹ ਨਾ ਹੋਵੇ, ਕੁਛ ਕਰ ਹੀ ਨਾ ਬੈਠੇ, ਜ਼ਿਆਦਾ ਤੰਗ ਕਰੀਏ, ਇਸ ਲਈ ਇੱਦਾਂ ਧੱਕ ਦਿੰਦੇ ਆ। ਉੱਪਰੋਂ ਅੱਜ ਕੱਲ੍ਹ ਏਜੰਟਾਂ ਨੇ ਵੀ ਕੰਮ ਫੜਿਆ, 5 ਬੈਂਡ 'ਤੇ ਜਾਓ, 5:30 'ਤੇ ਜਾਓ, ਰੋਜ਼ ਐਡ ਦੇ ਦਿੰਦੇ ਆ, ਰੋਜ਼ ਐਡ ਦੇ ਦਿੰਦੇ ਆ। ਉਹਦੇ ਕਰਕੇ
ਜਿਹੜੀ ਇੱਕ ਇਮੀਗ੍ਰੇਸ਼ਨ ਵੀ ਇੱਕ ਅਵੇਅਰਨੈਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਲੱਖਾਂ ਰੁਪਏ ਖਰਾਬ ਨਾ ਕਰੋ, ਆਈਲੈਟਸ ਵਿੱਚ SDS ਦੇ ਵਿੱਚ ਫਾਈਲ ਲਾਓ, ਤਾਂ ਵੀ ਉੱਦਾਂ ਦੀਆਂ ਐਡਾਂ ਦੇਖ ਕੇ ਲੁਭਾਵਨੀਆਂ ਲੁਭਾਵਨੀਆਂ ਆਪਾਂ 5-5, 5.5-5 ਬੈਂਡ 'ਤੇ ਤੁਰ ਜਾਂਦੇ ਹਾਂ, 6-5.5 ਬੈਂਡ 'ਤੇ ਵੀਜ਼ਾ ਇਸ ਵੇਲੇ 50% ਰਹਿ ਗਏ ਆ, 40-50% ਰਹਿ ਗਏ ਆ। ਮੈਂ ਨਹੀਂ ਕਹਿੰਦਾ ਕਿ 6-5 ਬੈਂਡ 'ਤੇ ਵੀਜ਼ਾ ਨਹੀਂ ਆ ਸਕਦਾ, 40-50% ਵੀਜ਼ੇ ਆ ਰਹੇ ਹਨ, ਆਉਣ ਵਾਲੇ ਟਾਈਮ 'ਤੇ ਸ਼ਾਇਦ ਬੈਟਰ ਵੀ ਹੋ ਜਾਣ, ਪਰ ਇਸ ਵੇਲੇ ਦਾ ਸਨੈਰੀਓ ਇਹੀ ਕਹਿ ਰਿਹਾ ਹੈ ਕਿ ਆਈਲੈਟਸ ਵਿੱਚ 6 ਈਚ ਜਾਂ 6.5-5 'ਤੇ ਫਾਈਲ ਲਾਉਣ ਨਾਲ ਵੀਜ਼ਾ ਦੇ ਚਾਂਸਿਸ ਵਧਣਗੇ। SDS ਦੇ ਵਿੱਚ ਤਾਂ 85-90% ਰਹਿਣਗੇ, 6.5-5 ਬੈਂਡ ਨਾਲ 70%, 6-5 ਬੈਂਡ ਨਾਲ 50% ਹੈ, ਮੇਰੇ ਨਿੱਜੀ ਅੰਕੜੇ ਹੈ। ਇਸ ਕਰਕੇ ਮੈਂ ਇਹੀ ਸੁਜੈਸਟ ਕਰਾਂਗਾ ਕਿ ਆਈਲੈਟਸ ਇੰਪਰੂਵ ਕਰ ਲਓ, ਜੇ ਤਾਂ ਵੀ ਜਲਦੀ ਅਪਲਾਈ ਕਰਨਾ ਚਾਹੁੰਦੇ ਹੋ, ਟਾਈਮ ਆਪਣਾ ਬਚਾਉਣਾ ਚਾਹੁੰਦੇ ਹੋ, ਅਤੇ 6-5 'ਤੇ ਜਿਸ ਦਿਨ ਔਫਰ ਅਪਲਾਈ ਕਰਦੇ ਹੋ, ਆਈਲੈਟਸ ਦੀ ਤਿਆਰੀ ਉਸ ਦਿਨ ਫਿਰ ਦੁਬਾਰਾ ਤੋਂ ਸ਼ੁਰੂ ਕਰ ਦਿਉ। 2 ਮਹੀਨੇ ਦੀ ਡੇਟ ਲੈ ਲਓ, 2 ਮਹੀਨੇ 8-8 ਘੰਟੇ ਪੜ੍ਹੋ, ਨਿਊਜ਼ਪੇਪਰ ਪੜ੍ਹੋ, TV ਦੇਖੋ, ਆਪਣੀ ਆਈਲੈਟਸ ਇੰਪਰੂਵ ਕਰੋ। ਜੇ ਤਾਂ ਫੀਸ ਪੇ ਕਰਕੇ ਫਾਈਲ ਲਾਉਣ ਤੋਂ ਪਹਿਲੇ ਆਈਲੈਟਸ ਇੰਪਰੂਵ ਹੋ ਗਈ ਤਾਂ SDS 'ਚ ਫਾਈਲ ਲੱਗ ਜਾਊਗੀ, ਕਿਉਂਕਿ ਇੱਦਾਂ ਦਾ ਕੋਈ ਕ੍ਰਾਈਟੀਰੀਆ ਨਹੀਂ ਹੈ ਕਿ ਔਫਰ ਨੋਨ SDS 'ਚ ਮੰਗਾ ਲਈ ਅਤੇ ਫਾਈਲ SDS 'ਚ ਨਹੀਂ ਲੱਗਣੀ। ਅਗਰ ਕਾਲਜ DLI ਅਪਰੂਵਡ ਹੈ, ਚਾਹੇ ਪ੍ਰਾਈਵੇਟ ਹੈ ਚਾਹੇ ਸਰਕਾਰੀ ਹੈ, ਅਗਰ ਤੁਹਾਡੇ ਆਈਲੈਟਸ ਵਿੱਚ 6 ਈਚ ਬੈਂਡ ਹੈ, ਤੁਸੀਂ ਸਾਲ ਦੀ ਫੀਸ ਪੇ ਕਰਵਾ ਰਹੇ ਹੋ, ਤਾਂ ਤੁਹਾਡੀ ਫਾਈਲ SDS ਵਿੱਚ ਲੱਗ ਸਕਦੀ ਹੈ, ਪ੍ਰਾਈਵੇਟ ਹੋਵੇ ਸਰਕਾਰੀ ਹੋਵੇ। ਔਫਰ ਲੈਟਰ SDS ਜਾਂ ਨੋਨ SDS ਨਹੀਂ ਹੁੰਦੀ, ਤੁਹਾਡੀ ਪ੍ਰੋਫਾਈਲ SDS ਜਾਂ ਨੋਨ SDS ਹੁੰਦੀ ਹੈ। ਸੋ ਪ੍ਰੋਫਾਈਲ ਤੋਂ ਮੇਰਾ ਮਤਲਬ ਹੈ ਆਈਲੈਟਸ ਵਿੱਚ 6 ਬੈਂਡ ਅਕਰੋਸ ਆਲ ਮੋਡਿਊਲ ਔਰ ਸਾਲ ਦੀ ਟਿਊਸ਼ਨ ਪੇਮੈਂਟ ਨਾਲ ਤੁਸੀਂ SDS ਦੇ ਵਿੱਚ ਸੇਮ ਔਫਰ ਲੈਟਰ ਨਾਲ ਅਪਲਾਈ ਕਰ ਸਕਦੇ ਹੋ। ਸੋ ਜਿਸ ਦਿਨ ਦਾਖਲਾ ਅਪਲਾਈ ਕਰਾ ਕੇ ਗਏ, ਆਈਲੈਟਸ ਦੀ ਤਿਆਰੀ ਛੱਡੋ ਨਾ, ਕਰਦੇ ਰਹੋ। ਜੇ ਆ ਗਏ ਤਾਂ ਠੀਕ ਹੈ, ਫਾਈਲ ਲਾ ਦਿਉ, ਵੀਜ਼ਾ ਲੱਗਿਆ, ਪਹੁੰਚ ਗਏ, ਨਹੀਂ ਲੱਗਾ ਅਤੇ ਤੁਸੀਂ ਮੁੜ ਕੇ ਆਪਣਾ ਦੁਬਾਰਾ ਤੋਂ SDS ਦੇ ਵਿੱਚ ਰਿਫਿਊਜ਼ਲ ਤੋਂ ਬਾਅਦ ਵੀ ਵੀਜ਼ਾ ਲਗਵਾ ਸਕਦੇ ਹੋ। ਮਾਫੀ ਚਾਹਾਂਗਾ ਜੀ, ਬਹੁਤ ਦੇਰ ਤੁਸੀਂ ਸਾਡੀ ਗੱਲਾਂ ਸੁਣਦੇ ਰਹੇ, ਤੁਸੀਂ ਮੇਰੇ ਖਿਆਲ ਨਾਲ ਪਲੀਜ਼ ਆਪਣੇ ਕੁਐਸਚਨ ਜਾਂ ਕੁਐਰੀ ਦੱਸੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ, ਗੁਰਦਾਸਪੁਰ ਤੋਂ ਜੀ। ਥੈਂਕ ਯੂ ਫਾਰ ਲਿਸਨਿੰਗ ਟੂ ਮੀ ਸੋ ਪੇਸ਼ੈਂਟਲੀ। ਹਾਂਜੀ ਸਰ, ਮੈਂ ਪਲੱਸ ਟੂ ਕੀਤੀ ਹੋਈ ਨੋਨ ਮੈਡੀਕਲ ਨਾ ਜੀ, ਰੀਸੈਂਟਲੀ ਪਾਸ ਆਊਟ ਆ। ਓਕੇ, 2% ਮੇਰੀ ਮਾਰਕਸ ਹੈਗੇ ਆ। ਬਿਲਕੁਲ ਠੀਕ ਹੈ ਜੀ। ਤੇ ਸਰ ਮੇਰੀ DMC ਔਰ TRF ਦੋਨੋਂ ਪੈਂਡਿੰਗ ਹੈ, ਔਰ ਮੇਰੀ ਈਚ ਮੇਰੀ 6 ਬੈਂਡ ਹੈ, ਤੇ ਕੀ ਮੈਂ ਜਾਨ ਇਨਟੇਕ ਲਈ ਅਪਲਾਈ ਕਰ ਸਕਦੀ ਹਾਂ ਸਰ? ਬਿਲਕੁਲ ਕਰ ਸਕਦੇ ਹੋ। ਦੇਖੋ, ਆਈਲੈਟਸ ਦਾ ਔਨਲਾਈਨ TRF ਔਨਲਾਈਨ ਰਿਜ਼ਲਟ ਜ਼ਿਆਦਾਤਰ ਇੰਸਟੀਟਿਊਸ਼ਨਸ ਐਕਸੈਪਟ ਨਹੀਂ ਕਰਦੇ, ਜਿਸ ਕਰਕੇ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਤੁਸੀਂ ਆਪਣਾ TRF ਦਾ ਸਕੈਨ ਭੇਜੋ, ਕਿਉਂਕਿ ਉਹਨੂੰ ਵੇਰੀਫਾਈ ਕਰਨਾ ਸੌਖਾ ਹੈ। ਔਨਲਾਈਨ ਰਿਜ਼ਲਟ ਕਈ ਵਾਰੀ ਵੇਰੀਫਾਈ ਨਹੀਂ ਹੋ ਪਾਉਂਦਾ, ਇਸ ਕਰਕੇ ਔਨਲਾਈਨ ਰਿਜ਼ਲਟ ਦੇ ਬੇਸਿਸ 'ਤੇ ਔਫਰ ਲੈਟਰ ਨਹੀਂ ਦਿੱਤੀ ਜਾਂਦੀ। ਪਰ ਬਹੁਤ ਸਾਰੇ ਐਸੇ ਕਾਲਜਸ ਹੈ ਜੋ ਕਿ ਔਨਲਾਈਨ ਰਿਜ਼ਲਟ ਦੇ ਬੇਸਿਸ 'ਤੇ ਵੀ ਔਫਰ ਲੈਟਰ ਦੇ ਪਾਉਂਦੇ ਹਨ। ਸੋ ਇਸ ਲਈ ਤੁਸੀਂ ਡੈਫੀਨੇਟਲੀ ਅਪਲਾਈ ਕਰ ਸਕਦੇ ਹੋ। ਕਿੱਥੋਂ ਦੇ ਰਹਿਣ ਵਾਲੇ ਹੋ? ਸੋ ਤੁਸੀਂ ਸਾਡੇ ਪਠਾਨਕੋਟ ਆਫਿਸ ਵਿੱਚ ਅਪਲਾਈ ਕਰ ਸਕਦੇ ਹੋ। ਕਿੰਨਾ ਕੁ ਦੂਰ ਹੈ ਉੱਥੋਂ ਤੁਹਾਨੂੰ ਪਠਾਨਕੋਟ? ਪਠਾਨਕੋਟ ਦੇ ਆਫਿਸ ਵਿੱਚ ਜਾ ਕੇ ਤੁਸੀਂ ਪਿਰਾਮਿਡ ਈ ਸਰਵਿਸਿਜ਼ ਵਿੱਚ ਅਪਲਾਈ ਕਰ ਸਕਦੇ ਹੋ, ਔਰ ਉੱਥੇ ਜਾ ਕੇ ਆਪਣਾ ਸਪਟੈਂਬਰ ਜਾਂ ਜਨਵਰੀ, ਤੁਹਾਡੇ ਕੋਲ ਸਪਟੈਂਬਰ ਸੈਸ਼ਨ ਦੀ ਵੀ ਚੋਇਸ ਹੈਗੀ ਹੈ, ਕੀ ਸਪਟੈਂਬਰ ਸੈਸ਼ਨ 'ਚ ਕਰਨਾ ਚਾਹੋਗੇ? ਬਿਲਕੁਲ, ਸਪਟੈਂਬਰ ਇਨਟੇਕ 'ਚ ਹੋ ਜਾਏਗਾ ਡੈਫੀਨੇਟਲੀ ਹੋ ਜਾਏਗਾ। ਸਪਟੈਂਬਰ ਇਨਟੇਕ ਵਿੱਚ ਯੂਨੀਵਰਸਿਟੀਜ਼ ਦੀ ਆਪਸ਼ਨਸ ਵੀ ਹੈਗੀ ਹੈ, ਸਪਟੈਂਬਰ ਇਨਟੇਕ ਵਿੱਚ ਪ੍ਰਾਈਵੇਟ ਯੂਨੀਵਰਸਿਟੀ ਟ੍ਰਾਂਸਫਰ ਕਾਲਜਿਸ ਦੀ ਆਪਸ਼ਨ ਵੀ ਹੈਗੀ ਹੈ, ਜਿਹਦੇ ਵਿੱਚ ਤੁਸੀਂ 4 ਸਾਲ ਦੀ ਡਿਗਰੀ ਕਰ ਸਕਦੇ ਹੋ, ਜਿਹਦੇ ਵਿੱਚ 2 ਸਾਲ ਤੁਸੀਂ ਪ੍ਰਾਈਵੇਟ ਇੰਸਟੀਟਿਊਸ਼ਨ ਪੜ੍ਹੋਗੇ, 2 ਸਾਲ ਸਰਕਾਰੀ ਯੂਨੀਵਰਸਿਟੀ ਪੜ੍ਹੋਗੇ, 4 ਸਾਲ ਦੀ ਡਿਗਰੀ ਲਉਂਗੇ, ਔਰ ਘੱਟ ਤੋਂ ਘੱਟ $10,000 ਦੀ ਸੇਵਿੰਗ, ਔਰ ਜਿਹੜਾ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਹੁੰਦਾ ਹੈ ਬਾਈ ਸਟੇਇੰਗ ਇਨ ਸਿਟੀਜ਼ ਲਾਈਕ ਵੈਂਕੂਵਰ, ਨਿਊ ਵੈਸਟਮਿੰਸਟਰ, ਉਹ ਐਕਸਪੋਜ਼ਰ ਵੀ ਤੁਸੀਂ ਹਾਸਲ ਕਰ ਪਾਓਗੇ। ਸੋ ਇੱਕ ਬਹੁਤ ਅੱਛੀ ਓਪਰਚੁਨਿਟੀ ਔਰ ਆਪਸ਼ਨ ਹੈ ਜੋ ਕਿ ਤੁਸੀਂ ਅਵੇਲ ਕਰ ਸਕਦੇ ਹੋ। ਤੁਸੀਂ ਪਠਾਨਕੋਟ ਆਫਿਸ ਵਿੱਚ ਵਿਜ਼ਿਟ ਕਰੋ, ਇਸ ਤੋਂ ਇਲਾਵਾ ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਪਠਾਨਕੋਟ, ਪਟਿਆਲਾ, ਚੰਡੀਗੜ੍ਹ, ਚੰਡੀਗੜ੍ਹ ਵਿੱਚ ਸੈਕਟਰ 17 ਹੌਟ ਮਿਲੀਅਨਸ ਦੇ ਉੱਪਰ 2nd floor 'ਤੇ ਸਾਡਾ ਦਫ਼ਤਰ ਹੈ, ਤੁਸੀਂ ਉੱਥੇ ਵੀ ਵਿਜ਼ਿਟ ਕਰ ਸਕਦੇ ਹੋ। ਨਾਲ ਦੀ ਨਾਲ ਇਹ ਤੋਂ ਇਲਾਵਾ ਦਿੱਲੀ, ਅਹਿਮਦਾਬਾਦ, ਹੈਦਰਾਬਾਦ ਔਰ ਕੋਚੀਨ ਵਿੱਚ ਵਿਜ਼ਿਟ ਕਰਕੇ ਵੀ ਸਾਡੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ ਜੀ। ਸਰ, ਨੈਕਸਟ ਪ੍ਰੋਬਲਮ ਗੱਲ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ ਸਰ, ਮੈਂ ਅਮਨ ਗੱਲ ਕਰ ਰਿਹਾ ਜੀ ਗੁਰਦਾਸਪੁਰ ਤੋਂ ਜੀ। ਅਮਨ ਜੀ, ਹਾਂਜੀ ਸਰ, ਮੈਂ ਨਾ ਤੁਹਾਡੇ ਆਫਿਸ ਵਿਜ਼ਿਟ ਕੀਤਾ ਸੀਗਾ। ਹਾਂ ਹਾਂ, ਐਕਚੁਅਲੀ ਵਿੱਚ ਨਾ ਪਟਿਆਲਾ ਵਿਜ਼ਿਟ ਕੀਤਾ ਸੀਗਾ ਤੁਹਾਡੇ ਆਫਿਸ। ਜੀ ਜੀ, ਅਮਨ ਪਟਿਆਲਾ ਕੀਤਾ ਸੀ, ਪਠਾਨਕੋਟ ਕੀਤਾ ਸੀ? ਨਹੀਂ ਸਰ, ਮੈਂ
ਪਟਿਆਲਾ ਕੀਤਾ ਸੀਗਾ। ਓਕੇ, ਸਾਡਾ ਸੈਮੀਨਾਰ ਸੀਗਾ ਪਟਿਆਲੇ ਦੇ ਵਿੱਚ। ਠੀਕ ਹੈ, ਤੇ ਮੈਂ ਉੱਥੇ ਵਿਜ਼ਿਟ ਕੀਤਾ ਸੀਗਾ। ਠੀਕ ਹੈ, ਮੈਂ ਮੇਰੇ 5.5 ਬੈਂਡ ਹੈਗੇ ਆ, ਮੈਂ 2 ਵਾਰੀ ਆਲਰੇਡੀ ਆਇਲਸ ਕਰ ਚੁੱਕਾ ਆ ਤੇ ਮੈਂ ਕੈਨੇਡਾ ਹੀ ਜਾਣਾ ਸੀਗਾ। ਤੇ ਉਹਨਾਂ ਨੇ ਮੈਨੂੰ ਕੋਈ ਪ੍ਰੋਗਰਾਮ ਵਿੱਚ ਕੀਤਾ ਸੀਗਾ, ਕਹਿੰਦੇ 2 ਸਾਲ ਤੁਸੀਂ ਆਪਣੇ ਪੰਜਾਬ ਵਿੱਚ ਕਰ ਸਕਦੇ ਹੋ ਤੇ 2 ਸਾਲ ਬਾਹਰ ਕਰ ਸਕਦੇ ਹੋ। ਬਿਲਕੁਲ ਠੀਕ ਹੈ, ਹਾਂਜੀ। ਤੇ ਉਹਦੇ ਬਾਰੇ ਮੈਂ ਕਨਫਰਮ ਕਰਨਾ ਸੀਗਾ ਸਰ, ਮੈਂ ਕਰ ਸਕਦਾ ਹਾਂ ਪ੍ਰੋਗਰਾਮ? ਤੁਹਾਡੀ ਕੁਆਲੀਫਿਕੇਸ਼ਨ ਕੀ ਹੈ ਸਰ? ਮੈਂ ਪਲੱਸ 2 ਕੀਤੀ ਹੋਈ ਹੈ ਜੀ। ਨਾਨ ਮੈਡੀਕਲ ਨਾਲ? ਹਾਂਜੀ ਸਰ ਜੀ, ਨਾਨ ਮੈਡੀਕਲ ਦੇ ਨਾਲ ਕੀਤੀ ਹੋਈ ਹੈ, 65% ਹੈਗੇ। ਵੈਰੀ ਗੁੱਡ। ਸੋ ਕੀ ਤੁਸੀਂ ਪਿਰਾਮਿਡ ਕਾਲਜ ਬਾਰੇ ਸੁਣਿਆ? ਹਾਂਜੀ ਸਰ, ਸੁਣਿਆ, ਉਹਨਾਂ ਦੱਸਿਆ ਸੀਗਾ ਮੈਨੂੰ ਥੋੜ੍ਹਾ ਜਿਹਾ। ਸੋ ਜਲੰਧਰ ਵਿੱਚ ਸਥਿਤ ਹੈ, ਜਲੰਧਰ ਫਗਵਾੜਾ ਨੈਸ਼ਨਲ ਹਾਈਵੇ 'ਤੇ ਕਾਲਜ ਸਿਚੁਏਟਡ ਹੈ, ਮੇਨ ਜੀ ਟੀ ਰੋਡ 'ਤੇ ਸਿਚੁਏਟਡ ਹੈ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਨਾਲ ਐਫੀਲੀਏਟਡ ਹੈ, ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਦੇ ਵਿੱਚ ਵੈਂਕੂਵਰ ਔਰ ਟੋਰਾਂਟੋ ਦੀਆਂ ਟੌਪ ਦੀਆਂ ਯੂਨੀਵਰਸਿਟੀਜ਼ ਦੇ ਨਾਲ ਯੂਨੋ ਪਾਰਟਨਰਸ਼ਿਪ ਹੈ, MOUs ਹੈ ਯੂਨੀਵਰਸਿਟੀ ਦੇ ਥਰੂ ਹੈ, ਜਿਹਦੇ ਰਾਹੀਂ ਤੁਸੀਂ ਯੂਨੋ ਟ੍ਰਾਂਸਫਰ ਲੈ ਸਕਦੇ ਹੋ 2 ਸਾਲਾਂ ਬਾਅਦ ਜਾਂ ਡਿਗਰੀ ਕੰਪਲੀਟ ਕਰਨ ਤੋਂ ਬਾਅਦ। 2 ਸਾਲਾਂ ਬਾਅਦ ਤੁਸੀਂ 2 ਸਾਲ ਉੱਥੇ ਲਾ ਕੇ 4 ਸਾਲ ਦੀ ਕੈਨੇਡੀਅਨ ਡਿਗਰੀ ਹਾਸਲ ਕਰ ਸਕਦੇ ਹੋ। ਹੁਣ ਜੇ ਤੁਸੀਂ ਖਰਚੇ ਦੀ ਗੱਲ ਕਰ ਲਈਏ, ਜੇ ਤੁਸੀਂ ਯੂਨੋ ਪਿਰਾਮਿਡ ਕਾਲਜ ਵਿੱਚ ਸਪੋਜ਼ ਕਰੋ BCA ਲਈ ਦਾਖਲਾ ਲੈਂਦੇ ਹੋ ਤਾਂ BCA ਦੀ ਪਹਿਲੇ ਸਾਲ ਦੀ ਫੀਸ ਲਗਭਗ 50-55 ਹਜ਼ਾਰ ਰੁਪਈਆ ਹੈ। ਸੋ ਕਿੰਨਾ ਹੋ ਗਿਆ? ਲਗਭਗ $1,000। ਦੂਜੇ ਸਾਲ ਦੀ ਫੀਸ ਵੀ ਇੰਨੀ ਹੈ। ਸੋ 2 ਸਾਲਾਂ ਵਿੱਚ ਪੜ੍ਹਾਈ 'ਤੇ ਤੁਸੀਂ ਲਾਇਆ $2,000। ਉਹ ਤੋਂ ਬਾਅਦ ਆਈਲੈਟਸ ਵਿੱਚ, ਆਈਲੈਟਸ ਦੀ ਤਿਆਰੀ ਆਪਾਂ ਕਰਾਉਣੀ ਹੈ ਔਰ ਆਈਲੈਟਸ ਦੀ ਤਿਆਰੀ ਫ੍ਰੀ ਆਫ ਕੋਸਟ ਕਰਾਈ ਜਾਂਦੀ ਹੈ, ਬਗੈਰ ਕੋਈ ਆਈਲੈਟਸ ਦੇ ਪੈਸੇ ਲਏ ਹੋਏ ਆਈਲੈਟਸ ਦੀ ਤਿਆਰੀ ਕਰਵਾਈ ਜਾਂਦੀ ਹੈ। ਸੋ ਜਿੱਥੇ ਤੁਸੀਂ 15,000 ਰੁਪਈਆ ਮਹੀਨਾ ਆਈਲੈਟਸ ਪੜ੍ਹਨ ਦਾ ਦਿੰਦੇ ਹੋ, 4-5 ਮਹੀਨੇ ਦਾ, 10 ਮਹੀਨੇ ਦਾ, ਤੁਸੀਂ 1.5 ਲੱਖ ਰੁਪਈਆ ਆਈਲੈਟਸ ਦੇ ਉੱਪਰ ਲਾ ਦਿੰਦੇ ਹੋ, ਬਰਬਾਦ ਕਰ ਦਿੰਦੇ ਹੋ, ਖਰਾਬ ਕਰ ਦਿੰਦੇ ਹੋ, ਤਾਂ ਵੀ 6 ਬੈਂਡ ਰਹਿ ਜਾਂਦੇ ਹੈ। ਉੱਥੇ ਪਿਰਾਮਿਡ ਕਾਲਜ ਵਿੱਚ ਤੁਹਾਨੂੰ ਆਈਲੈਟਸ ਦੀ ਤਿਆਰੀ ਫ੍ਰੀ ਆਫ ਕੋਸਟ 2 ਸਾਲ ਕਰਵਾਈ ਜਾਊਗੀ। 0 ਬੈਂਡ ਤੋਂ 6.5 ਬੈਂਡ 'ਤੇ ਆਪਾਂ 2 ਸਾਲਾਂ ਵਿੱਚ ਲੈ ਕੇ ਜਾਣਾ। ਸਾਡੇ ਕੋਲ ਬਹੁਤ ਟਾਈਮ ਪਿਆ, ਆਪਾਂ 7-7.5 ਬੈਂਡ 'ਤੇ ਬੱਚਿਆਂ ਨੂੰ ਲੈ ਜਾਈਦਾ, ਸਾਡੇ ਕੋਲ ਬਹੁਤ ਟਾਈਮ ਹੈ। 2 ਸਾਲਾਂ ਵਿੱਚ ਰੋਜ਼ 45 ਮਿੰਟ ਤੋਂ 1 ਘੰਟਾ ਤੁਹਾਡੀ ਕਲਾਸ ਲੱਗਣੀ ਹੈ, 5 ਦਿਨ ਹਫ਼ਤੇ ਵਿੱਚ ਸ਼ਨੀਵਾਰ ਫੁੱਲ ਡੇ ਕਲਾਸ ਲੱਗਣੀ ਹੈ। ਟਿਊਸ਼ਨ ਫੀਸ ਤੁਸੀਂ 2 ਸਾਲਾਂ 'ਚ ਭਰਨੀ $2,000, ਆਈਲੈਟਸ ਤੁਸੀਂ ਕਰਨੀ ਹੈ ਫ੍ਰੀ। ਉਹ ਤੋਂ ਬਾਅਦ ਆਪਾਂ ਤੁਹਾਨੂੰ ਟ੍ਰਾਂਸਫਰ ਕਰਵਾ ਦੇਣਾ 3rd year ਵਿੱਚ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਵਿੱਚ, ਬ੍ਰਿਟਿਸ਼ ਕੋਲੰਬੀਆ, ਐਬਰਟਸਵੋਡ ਵਿੱਚ ਹੈ। ਸਾਡਾ ਬਹੁਤ ਬੱਚਾ ਉੱਥੇ ਜਾ ਚੁੱਕਾ ਹੋਇਆ ਹੈ ਜੋ 3rd year ਵਿੱਚ ਪੜ੍ਹਾਈ ਕਰ ਰਿਹਾ ਹੈ, 4th year ਵਿੱਚ ਪੜ੍ਹਾਈ ਕਰ ਰਿਹਾ ਹੈ, PR ਲੈ ਚੁੱਕਾ ਹੋਇਆ ਹੈ, ਕਾਮਯਾਬ ਹੈ। ਹੁਣ ਜੇ ਤੁਸੀਂ ਪਹਿਲੇ ਸਾਲ ਉੱਥੇ ਪੜ੍ਹਾਈ ਕਰਨ ਲਈ ਚਲ ਜਾਂਦੇ ਜਾਂ ਕਿਸੇ ਹੋਰ ਯੂਨੀਵਰਸਿਟੀ ਕਾਲਜ ਵਿੱਚ ਚਲ ਜਾਂਦੇ ਤਾਂ ਸਾਲ ਦੀ ਫੀਸ 20,000, 2 ਸਾਲਾਂ ਦੀ 40,000, ਰਹਿਣ ਸਹਿਣ ਦਾ ਖਰਚਾ $20,000, $60,000 ਤੁਹਾਡਾ 2 ਸਾਲਾਂ ਵਿੱਚ ਲੱਗਣਾ ਸੀ। ਇੱਥੇ ਕਿੰਨਾ ਲੱਗਾ? $2,000। ਸੇਵਿੰਗ ਕਿੰਨੀ ਹੈ? $58,000 ਦੀ, ਲਗਭਗ 27-28-30 ਲੱਖ ਰੁਪਏ ਦੀ ਸੇਵਿੰਗ ਹੈ। ਪਹੁੰਚੇ ਤੁਸੀਂ ਉੱਥੇ ਜਿੱਥੇ ਇੱਕ ਉੱਥੋਂ ਦਾ ਕੈਨੇਡੀਅਨ ਬੱਚੇ ਨੇ ਪਹੁੰਚਣਾ ਸੀ। ਮੈਂ ਹਮੇਸ਼ਾ ਹੀ ਪ੍ਰੈਫਰ ਕਰਦਾ ਕਿ ਪਾਥਵੇ ਪ੍ਰੋਗਰਾਮ ਦੇ ਥਰੂ ਜਾ ਕੇ ਇੱਕ ਭਵਿੱਖ ਬਣਾਓ, ਤਾਂ ਕਿ ਡਿਗਰੀ ਵੀ ਹੋ ਗਈ, ਡਿਪਲੋਮੇ ਦੇ ਖਰਚੇ 'ਤੇ ਡਿਗਰੀ ਤੁਸੀਂ ਕਰ ਲਈ, ਡਿਗਰੀ ਵਾਲੀਆਂ ਤੁਹਾਨੂੰ ਨੌਕਰੀਆਂ ਮਿਲ ਗਈਆਂ, 25-30 ਲੱਖ ਰੁਪਈਆ ਸੇਵ ਕਰ ਲਿਆ। ਇੱਕ 17-18 ਸਾਲ ਵਾਲਾ ਬੱਚਾ ਉੱਥੇ ਜਾ ਕੇ ਪਹਿਲੇ ਸਾਲ ਵਿੱਚ ਕਈ ਵਾਰੀ ਫੇਲ ਹੋ ਜਾਂਦਾ ਹੈ, ਸਿਸਟਮ ਸੈਟਅਪ ਨਹੀਂ ਕਰ ਪਾਉਂਦਾ, ਮਾਂ ਪਿਓ ਦੀ ਯਾਦ ਆਉਂਦੀ ਹੈ, ਯਾਰਾਂ ਦੋਸਤਾਂ ਦੀ ਯਾਦ ਆਉਂਦੀ ਹੈ, ਵਿੰਡੀਆ ਵੱਲ ਨੂੰ ਖਿੱਚ ਪੈਂਦੀ ਰਹਿੰਦੀ ਹੈ। ਪਰ ਜਦੋਂ ਉਹੀ ਬੱਚਾ 2 ਸਾਲ ਪਿਰਾਮਿਡ ਕਾਲਜ ਵਿੱਚ ਲਾਉਂਦਾ ਹੈ, ਪੰਜਾਬ ਵਿੱਚ ਲਾਉਂਦਾ ਹੈ, ਫਗਵਾੜੇ ਜਲੰਧਰ ਵਿੱਚ ਲਾਉਂਦਾ ਹੈ, ਅਤੇ ਉਹਦੀ ਜਦੋਂ ਸੈਟਅਪ ਸਹੀ ਹੋ ਜਾਂਦਾ ਹੈ, ਅਪਬ੍ਰਿੰਗਿੰਗ ਸਹੀ ਹੋ ਜਾਂਦੀ ਹੈ, 20 ਸਾਲਾਂ ਦੀ ਉਮਰ 'ਚ ਜਦੋਂ ਉੱਥੇ ਜਾਂਦਾ ਤਾਂ ਉਹਦੀ ਸੈਟਲਮੈਂਟ ਵਧੀਆ ਹੋ ਜਾਂਦੀ ਹੈ। ਸੋ ਕੈਨੇਡਾ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਓਪਨ ਹੈ, ਆਸਟ੍ਰੇਲੀਆ ਪਾਥਵੇ ਪ੍ਰੋਗਰਾਮ ਓਪਨ ਹੈ, ਆਸਟ੍ਰੇਲੀਆ ਦਾ ਪਾਥਵੇ ਪ੍ਰੋਗਰਾਮ 1+2 ਹੈ, ਕੈਨੇਡਾ ਦਾ ਪਾਥਵੇ ਪ੍ਰੋਗਰਾਮ 2+2 ਹੈ ਜਾਂ 3+1.5 ਹੈ, ਕਿ ਬੈਚਲਰ ਡਿਗਰੀ ਕਰਨ ਤੋਂ ਬਾਅਦ 1.5 ਸਾਲ ਉੱਥੇ ਲਾਓ, ਉੱਥੋਂ ਦੀ ਬੈਚਲਰਸ ਡਿਗਰੀ ਮਿਲ ਗਈ। ਇਸ ਤੋਂ ਇਲਾਵਾ ਤੁਸੀਂ ਪਿਰਾਮਿਡ ਕਾਲਜ ਵਿੱਚ ਐਲੀਟ MBA ਪ੍ਰੋਗਰਾਮ ਵੀ ਕਰ ਸਕਦੇ ਹੋ, ਜਿਸ ਤੋਂ ਬਾਅਦ ਤੁਸੀਂ ਫਰਦਰ MBA ਵੀ ਕਰਨ ਕੈਨੇਡਾ ਵਿੱਚ ਜਾ ਸਕਦੇ ਹੋ, ਜਾਂ ਇੱਥੋਂ ਦੀ ਟੌਪ ਦੀਆਂ ਜੋਬਸ ਹਾਸਿਲ ਕਰਕੇ ਇੰਡੀਆ ਵਿੱਚ ਹੀ ਚੰਗੀ ਜੋਬ ਔਰ ਚੰਗਾ ਭਵਿੱਖ ਬਣਾ ਸਕਦੇ ਹੋ। MBA ਦੇ ਨਾਲ ਨਾਲ BBA, BCA, BCOM, ਹੋਟਲ ਮੈਨੇਜਮੈਂਟ, ਐਨੀਮੇਸ਼ਨ, ਮਲਟੀਮੀਡੀਆ, ਇਹਦੇ ਨਾਲ ਨਾਲ ਯੂਨੋ ਟੂਰਿਜ਼ਮ ਮੈਨੇਜਮੈਂਟ ਵਰਗੇ ਪ੍ਰੋਗਰਾਮ ਵੀ ਓਪਨ ਹੈ ਜੋ ਕਿ ਤੁਸੀਂ ਅਵੇਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਮੈਮ, ਮੈਂ ਜੁਗਰਾਜ ਗੱਲ ਕਰ ਰਿਹਾ ਫਗਵਾੜੇ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਐਕਚੁਅਲੀ ਕਨਫਰਮ ਕਰਨਾ ਸੀਗਾ, ਮੇਰੇ 5.5 ਬੈਂਡ ਸਕੋਰ ਹੈ, ਮੈਂ +2 ਕੀਤੀ ਹੋਈ ਆਰਟਸ ਦੇ ਵਿੱਚ, 64% ਨੰਬਰ 2016 ਪਾਸ ਆਊਟ ਹੈ, 3 ਸਾਲਾਂ ਦਾ ਸਟੱਡੀ ਦੇ ਵਿੱਚ ਗੈਪ ਆ ਚੁੱਕਾ ਹੋਇਆ, ਅਤੇ ਮੈਂ ਸ਼ੈਂਗਨ ਕੰਟਰੀ ਬਾਰੇ ਪੁੱਛਣਾ ਚਾਹੁੰਦਾ, ਕੋਈ ਸ਼ੈਂਗਨ ਕੰਟਰੀ ਐਸੀ ਕਿ ਜਿਹੜਾ ਗੈਪ ਅਕਸੈਪਟ ਕਰ ਸਕੇ 3 ਸਾਲਾਂ ਦਾ,
ਬਿਲਕੁਲ ਇੱਦਾਂ ਦੀਆਂ ਸ਼ੈਨਿਗਨ ਕੰਟਰੀਜ਼ ਹੈ ਜਿੱਥੇ ਤੁਹਾਡਾ ਗੈਪ ਐਕਸੈਪਟੇਬਲ ਹੈ, ਪਰ ਸੇ ਜਰਮਨੀ, ਜਰਮਨੀ ਵਿੱਚ ਆਰਟਸ ਤੋਂ ਬਾਅਦ ਵੀ ਤੁਸੀਂ ਬਿਜ਼ਨਸ ਪ੍ਰੋਗਰਾਮ ਲਈ ਜਾ ਸਕਦੇ ਹੋ। ਜਰਮਨੀ ਵਿੱਚ ਸੇਮ ਤਰ੍ਹਾਂ ਦੀਆਂ ਪ੍ਰੋਬਲਮ ਜਰਮਨੀ ਐਜ਼ ਅ ਕੰਟਰੀ ਵੀ ਫੇਸ ਕਰ ਰਿਹਾ ਹੈ ਜੋ ਕਿ ਕੈਨੇਡਾ ਫੇਸ ਕਰ ਰਿਹਾ ਹੈ, ਵਿੱਚ ਇਜ਼ ਯੂ ਨੋ ਬੇਬੀ ਬੂਮਰਸ, ਉੱਥੇ ਲੋਕ ਜਿਹੜੇ ਹੈ ਰਿਟਾਇਰ ਹੋ ਰਹੇ ਹੈ, ਨਵੀਂ ਜਨਰੇਸ਼ਨ ਉੱਥੇ ਘੱਟ ਹੈ, ਲੋਕਾਂ ਦੀ ਲੋੜ ਹੈ, ਇਸ ਕਰਕੇ ਬਹੁਤ ਇੱਕ ਉਜਵਲ ਭਵਿੱਖ ਹੈ। 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਵੀ ਮਿਲਦਾ ਹੈ ਜਰਮਨੀ ਵਿੱਚ ਪੜ੍ਹਾਈ ਕਰਨ ਤੋਂ ਬਾਅਦ। ਸੋ ਦੇਰ ਆਰ ਲੋਟ ਆਫ ਓਪਰਚੁਨਿਟੀਜ਼ ਦੈਟ ਕੈਨ ਬੀ ਅਵੇਲਡ ਬਾਈ ਸਟੱਡਿੰਗ ਇਨ ਜਰਮਨੀ। ਤੁਸੀਂ ਡੈਫੀਨੇਟਲੀ ਜਰਮਨ ਐਜੂਕੇਸ਼ਨ ਹਾਸਿਲ ਕਰਕੇ ਇੱਕ ਉਜਵਲ ਭਵਿੱਖ ਵੱਲ ਕਦਮ ਰੱਖ ਸਕਦੇ ਹੋ। ਯੂ ਨੋ ਇੰਗਲਿਸ਼ MOI ਦੇ ਬੇਸ 'ਤੇ ਵੀ ਜਰਮਨੀ ਵਿੱਚ ਦਾਖਲਾ ਲਿਆ ਜਾ ਸਕਦਾ ਹੈ, ਵੀਜ਼ਾ ਲਿਆ ਜਾ ਸਕਦਾ ਹੈ, ਇੰਟਰਵਿਊ ਆਉਂਦੀ ਹੈ, ਆਈਲਟਸ ਵਿੱਚ 5.5 ਬੈਂਡ 'ਤੇ ਵੀ ਲਿਆ ਜਾ ਸਕਦਾ ਹੈ, ਪੜ੍ਹਾਈ ਵਿੱਚ 5 ਸਾਲ ਦਾ ਗੈਪ ਵੀ ਐਕਸੈਪਟੇਬਲ ਹੈ। ਸੋ ਜੇ ਤੁਸੀਂ ਜਰਮਨੀ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ 9253 9563 'ਤੇ ਕਾਲ ਕਰੋ। ਔਰ ਅਗਲਾ ਜਿਹੜਾ ਸੈਸ਼ਨ ਹੈ ਸਪਟੈਂਬਰ ਹੈ, ਸਪਟੈਂਬਰ ਤੋਂ ਬਾਅਦ ਜਨਵਰੀ ਔਰ ਫੈਬਰਰੀ ਹੈ, ਇਹਨਾਂ ਸੈਸ਼ਨਸ ਵਿੱਚ ਤੁਸੀਂ ਜਾ ਸਕਦੇ ਹੋ। 5 ਸਾਲ ਦਾ ਗੈਪ ਵਿਦਆਊਟ ਆਇਲਸ, 5.5 ਬੈਂਡ, ਘੱਟ ਖਰਚੇ ਤੇ ਫਰਦਰ ਰੈਜ਼ੀਡੈਂਸੀ ਦੀ ਆਪਸ਼ਨਸ ਜਰਮਨੀ ਵਿੱਚ ਅਵੇਲੇਬਲ ਹੈ, ਤੁਸੀਂ ਅਵੇਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਨਾ ਚੰਡੀਗੜ੍ਹੋਂ ਗੱਲ ਕਰ ਰਿਹਾ ਵਾ ਜੀ, ਰਮਨ ਗੱਲ ਕਰ ਰਿਹਾ ਜੀ। ਰਮਨ ਜੀ, ਸਰ ਮੈਂ ਨਾ ਇੱਕ ਕਨਫਰਮ ਕਰਨੀ ਸੀਗੀ, ਮੇਰੇ ਨਾ 2018 'ਚ ਮੈਂ ਪਲੱਸ 2 ਨਾਨ ਮੈਡੀਕਲ ਕੀਤੀ ਹੋਈ ਹੈ, 2 ਸਾਲ ਇਹੀ। ਜੇ ਤੁਸੀਂ ਬੈਚਲਰਸ ਡਿਗਰੀ ਕਰਨ ਜਾਂਦੇ ਹੋ ਜਾਂ ਪੋਸਟ ਗ੍ਰੈਜੂਏਟ ਡਿਪਲੋਮਾ ਨਿਊਜ਼ੀਲੈਂਡ ਵਿੱਚ ਕਰਨ ਜਾਂਦੇ ਹੋ ਤਾਂ 3 ਸਾਲ ਦਾ ਤੁਹਾਨੂੰ ਵਰਕ ਵੀਜ਼ਾ ਮਿਲਦਾ ਹੈ। ਹੁਣ ਫੰਡਾਂ 'ਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅੜਦੀ ਹੈ ਨਿਊਜ਼ੀਲੈਂਡ ਵਿੱਚ, ਉਹ ਫੰਡਾਂ 'ਤੇ ਅੜਦੀ ਹੈ। ਜੇ ਤੁਸੀਂ ਬੈਚਲਰਸ ਡਿਗਰੀ ਕਰਨ ਜਾਂਦੇ ਹੋ ਤਾਂ ਤੁਹਾਨੂੰ ਐਜੂਕੇਸ਼ਨ ਲੋਨ ਮਿਲ ਜਾਂਦਾ ਹੈ ਔਰ ਫੰਡ ਦੀ ਜਿਹੜੀ ਪ੍ਰੋਬਲਮ ਹੈ ਉਹ ਰਿਜ਼ੋਲਵ ਹੋ ਜਾਂਦੀ ਹੈ। ਪਰ ਜੇ ਤੁਸੀਂ ਡਿਪਲੋਮੇ 'ਤੇ ਜਾ ਰਹੇ ਹੋ ਤਾਂ ਤੁਹਾਨੂੰ 6 ਮਹੀਨੇ ਪੁਰਾਣੇ ਫੰਡ ਚਾਹੀਦੇ ਹੀ ਹੋਊਗੇ। ਜੇ ਪੇਰੈਂਟਸ ਸਾਡੇ ਸਰਕਾਰੀ ਮੁਲਾਜ਼ਮ ਹੈ ਤਾਂ GP ਫੰਡ ਵੀ ਚੱਲ ਜਾਣਗੇ, FDs ਵੀ ਚੱਲ ਜਾਣਗੀਆਂ, ਨਹੀਂ ਤਾਂ ਬੈਚਲਰਸ ਡਿਗਰੀ 'ਤੇ ਐਜੂਕੇਸ਼ਨ ਲੋਨ ਐਕਸੈਪਟੇਬਲ ਹੈ। ਪਰ ਅਗੇਨ ਬੈਚਲਰਸ ਡਿਗਰੀ ਕਰਨ ਦੇ ਆਪਣੇ ਫਾਇਦੇ ਹੈ, 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ, PR ਦੀ ਈਜ਼ੀ ਆਪਸ਼ਨਸ, ਚੰਗੀਆਂ ਜੋਬ, ਵਾਈਟ ਕਾਲਰ ਜੋਬਸ, ਟੋਪ ਜੋਬਸ, ਚੰਗੀਆਂ ਸੈਲਰੀਜ਼, ਚਾਹੇ ਕੈਨੇਡਾ ਹੈ, ਚਾਹੇ ਨਿਊਜ਼ੀਲੈਂਡ ਹੈ, ਚਾਹੇ ਆਸਟ੍ਰੇਲੀਆ ਹੈ, ਚਾਹੇ ਜਰਮਨੀ ਹੈ। ਬੈਚਲਰਸ ਡਿਗਰੀ ਕਰਨ ਵਾਲਿਆਂ ਨੂੰ, ਮਾਸਟਰਸ ਡਿਗਰੀ ਕਰਨ ਵਾਲਿਆਂ ਨੂੰ ਜੋਬ ਵਿੱਚ PR ਵਿੱਚ ਹਮੇਸ਼ਾ ਪਹਿਲ ਮਿਲਦੀ ਹੈ, ਸੈਟਲਮੈਂਟ ਆਪਸ਼ਨਸ ਉਹਨਾਂ ਦੀਆਂ ਸੌਖੀਆਂ ਔਰ ਆਸਾਨ ਹੋ ਜਾਂਦੀਆਂ ਹਨ ਜੀ। ਸਰ ਜੇ ਅਸੀਂ ਗੱਲ ਕਰੀਏ ਇੰਡੀਆ ਵਿੱਚ ਪੜ੍ਹਾਈ ਦੀ, ਪਿਰਾਮਿਡ ਕਾਲਜ ਵਿੱਚ ਕਿਹੜੇ ਕਿਹੜੇ ਨਵੇਂ ਕੋਰਸਿਸ ਆ ਰਹੇ? ਪਿਰਾਮਿਡ ਕਾਲਜ ਇਸ ਬੀ ਨੇਮਡ ਐਜ਼ ਅ ਬੈਸਟ ਯੂ ਨੋ ਪਾਥਵੇ ਟ੍ਰਾਂਸਫਰ ਕਾਲਜ ਵਿਦ ਟੋਪ ਯੂਨੀਵਰਸਿਟੀ ਐਫਲੀਗੇਸ਼ਨ, ਟੋਪ MOUs, ਵੈਰੀ ਹਾਈ ਸਕਸੈਸ ਰੇਟ। ਪਿਰਾਮਿਡ ਕਾਲਜ ਨਾ ਹੀ ਯੂ ਨੋ ਐਕਸਪਰਟੀਜ਼ ਰੱਖਦਾ ਹੈ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਬਾਹਰ ਭੇਜਣ ਦੀ, ਬਲਕਿ ਇੰਡੀਆ ਵਿੱਚ ਵੀ ਪਲੇਸਮੈਂਟਸ ਲਈ ਐਕਸਪਰਟੀਜ਼ ਰੱਖਦਾ ਹੈ। ਯੂ ਨੋ ਸਾਡੇ ਜਿਹੜੇ MBA ਦੇ ਬੱਚੇ ਹੈ, MBA ਬੈਚ ਦੇ ਬੱਚੇ ਹੈ, ਉਹਨਾਂ ਦੀਆਂ ਲਗਭਗ 100% ਬੱਚਿਆਂ ਦੀਆਂ ਪਲੇਸਮੈਂਟਸ ਹੋਈਆਂ ਹੈ ਵਿਦ ਐਵਰੇਜ ਸੈਲਰੀ ਆਫ 5,40,000। ਸੋ MBA ਵਿੱਚ ਜੇ ਤੁਸੀਂ ਐਡਮਿਸ਼ਨ ਲੈਣਾ ਚਾਹੁੰਦੇ ਹੋ, ਲਿਮਿਟਿਡ ਸੀਟਸ ਹੈ, ਫਟਾਫਟ ਅਪਲਾਈ ਕਰੋ ਔਰ MBA ਦੇ ਵਿੱਚ ਆਪਣਾ ਦਾਖਲਾ ਕਰਵਾਓ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸ਼ੋਅ ਵਿੱਚ। ਸਤਿ ਸ਼੍ਰੀ ਅਕਾਲ ਜੀ, ਮੈਮ ਮੈਂ ਸੁਖਮਨਜੋਤ ਗੱਲ ਕਰ ਰਹੀ ਹਾਂ ਬਟਾਲਾ ਤੋਂ ਜੀ। ਐਕਚੁਅਲੀ ਨਾ ਸਰ ਮੈਂ ਸੁਣਿਆ ਸੀਗਾ ਕਿ ਤੁਸੀਂ ਨਾ ਨੈਨੀ ਦਾ ਕੋਰਸ ਕਰਵਾ ਰਹੇ ਹੋ ਮੇਰਾ, ਬਟ ਮੇਰਾ ਨਾ 3 ਸਾਲ ਦਾ ਗੈਪ ਹੋ ਗਿਆ ਸਰ ਸਟੱਡੀ ਦੇ ਵਿੱਚ, ਤੇ ਮੈਂ ਪੁੱਛਣਾ ਸੀ ਕਿ ਮੈਂ ਐਡਮਿਸ਼ਨ ਕਰਵਾ ਸਕਦੀ ਹਾਂ ਕਾਲਜ ਤੁਹਾਡੇ? ਬਿਲਕੁਲ ਕਰਵਾ ਸਕਦੇ ਹੋ, ਨੈਨੀ ਦੇ ਕੋਰਸ ਲਈ ਸਾਨੂੰ ਕੋਈ ਗੈਪ ਦਾ ਕੰਸਰਨ ਨਹੀਂ ਹੈ। ਇੱਕ 10th ਪਾਸ ਬੱਚਾ ਵੀ ਨੈਨੀ ਦਾ ਕੋਰਸ ਕਰ ਸਕਦਾ ਹੈ, ਪਰ ਜੇ ਤੁਹਾਡੀ ਕੁਆਲੀਫਿਕੇਸ਼ਨ 12th ਹੈ ਜਾਂ BSc ਨਰਸਿੰਗ ਹੈ ਜਾਂ GNM ਹੈ ਤਾਂ ਆਉਣ ਵਾਲੇ ਟਾਈਮ 'ਤੇ ਫਰਦਰ ਬਾਹਰਲੀਆਂ ਓਪਰਚੁਨਿਟੀਜ਼ ਤੁਹਾਡੇ ਲਈ ਖੁੱਲ੍ਹ ਜਾਂਦੀਆਂ ਹੈ। ਬਟ ਨੈਨੀ ਤੋਂ ਬਾਅਦ ਅੱਜ ਦੀ ਡੇਟ ਵਿੱਚ ਇੰਡੀਆ ਵਿੱਚ ਵੀ ਬਹੁਤ ਅੱਛੀਆਂ ਜੋਬਸ ਅਵੇਲੇਬਲ ਹੈ, ਗਲਫ ਵਿੱਚ ਵੀ ਬਹੁਤ ਅੱਛੀਆਂ ਜੋਬਸ ਅਵੇਲੇਬਲ ਹੈ। ਪਿਰਾਮਿਡ ਕਾਲਜ ਵਿੱਚ, ਪਿਰਾਮਿਡ ਇੰਟਰਨੈਸ਼ਨਲ ਕਾਲਜ ਵਿੱਚ ਯੂ ਨੋ ਇੰਟਰਨੈਸ਼ਨਲ ਡਿਜ਼ਾਈਨਡ ਲੈਬਸ ਬਣੀਆਂ ਹੋਈਆਂ ਹੈ, ਫੋਰਨ ਕਰਿਕੁਲਮ ਪ੍ਰੈਕਟਿਸ ਹੋ ਰਿਹਾ ਹੈ, ਬਹੁਤ ਅੱਛਾ ਰਿਸਪੋਂਸ ਮਿਲ ਰਿਹਾ ਹੈ ਨੈਨੀ ਦੇ ਪ੍ਰੋਗਰਾਮ ਨੂੰ। ਔਰ ਫਰਦਰ ਜਿਹੜੀ ਰੀਸੈਂਟ ਇਮੀਗ੍ਰੇਸ਼ਨ ਦੀ ਨਿਊਜ਼ ਆਈ ਸੀ ਕਿ ਕੈਨੇਡਾ ਕੇਅਰ ਗਿਵਰਸ ਨੂੰ ਐਕਸੈਪਟ ਕਰ ਰਿਹਾ ਹੈ,
ਕੈਨੇਡਾ ਨੂੰ ਫੋਰਨ ਕੇਅਰ ਗਿਵਰਸ ਚਾਹੀਦੀਆਂ ਹੈ, ਉਹਨਾਂ ਨੂੰ LMIAs ਦਿੱਤੀਆਂ ਜਾਣਗੀਆਂ, ਵਰਕ ਪਰਮਿਟ 'ਤੇ ਸੱਦਿਆ ਜਾਏਗਾ। ਇਹ ਇੱਕ ਬਹੁਤ ਹੀ ਪੋਜ਼ਿਟਿਵ ਰਿਸਪੋਂਸ ਮਿਲਿਆ ਹੈ। ਸੋ ਜੇ ਤੁਸੀਂ ਨੈਨੀ ਔਰ ਕੇਅਰ ਗਿਵਰ ਦਾ ਕੋਰਸ ਕਰਨਾ ਚਾਹੁੰਦੇ ਹੋ, ਪਿਰਾਮਿਡ ਇੰਟਰਨੈਸ਼ਨਲ ਕੋਲਜ ਵਿੱਚ ਦਾਖਲੇ ਚੱਲ ਰਹੇ ਹਨ ਲਿਮਿਟਿਡ ਸੀਟਸ ਕਰਕੇ, ਕਿਉਂਕਿ ਐਪਲੀਕੇਸ਼ਨਸ ਬਹੁਤ ਜ਼ਿਆਦਾ ਹੈ ਸਾਡੇ ਕੋਲ ਨੈਨੀ ਦੀਆਂ, ਅਤੇ ਉਹਨੂੰ ਆਪਾਂ ਸ਼ਾਇਦ ਅਕੋਮੋਡੇਟ ਨਾ ਕਰ ਪਾਈਏ। ਪਰ ਚੰਗੀਆਂ ਕੁਆਲੀਫਿਕੇਸ਼ਨਸ ਨੂੰ, ਚੰਗੀਆਂ ਐਪਲੀਕੇਸ਼ਨਸ ਨੂੰ, ਜਿਨ੍ਹਾਂ ਦੀ ਪੜ੍ਹਾਈ ਚੰਗੀ ਹੈ, ਉਹਨਾਂ ਨੂੰ ਐਕਸੈਪਟ ਕਰ ਪਾਵਾਂਗੇ, ਤੁਹਾਡੇ ਵਰਗਾ ਬੱਚੇ ਨੂੰ ਆਪਾਂ ਐਕਸੈਪਟ ਕਰ ਪਾਵਾਂਗੇ। ਤੁਸੀਂ ਆ ਕੇ ਆਪਣਾ ਦਾਖਲਾ ਅਪਲਾਈ ਕਰੋ ਔਰ ਉੱਥੇ ਇੱਕ ਅੱਛਾ ਪ੍ਰੋਗਰਾਮ ਜਿਹੜਾ ਨੈਨੀ ਦਾ ਕਰਵਾ ਰਹੇ ਹਾਂ, ਕੇਅਰ ਗਿਵਰ ਦਾ ਕਰਵਾ ਰਹੇ ਹੋ, ਤੁਸੀਂ ਜੁਆਇਨ ਕਰੋ। ਨਾਲ ਦੀ ਨਾਲ ਇਹ ਪ੍ਰੋਗਰਾਮ ਗਵਰਨਮੈਂਟ ਅਪਰੂਵਡ ਹੈ, ਸੋ ਸਰਕਾਰੀ ਸਰਟੀਫਿਕੇਸ਼ਨ ਮਿਲੇਗੀ, ਸਰਕਾਰੀ ਡਿਪਲੋਮਾ ਮਿਲੂਗਾ, ਜਿਹੜਾ ਹੈਲਪਫੁਲ ਰਹੂਗਾ ਬਾਹਰ ਅਪਲਾਈ ਕਰਨ ਵਿੱਚ, ਜੋਬ ਵਿੱਚ, ਜਿਹੜੀ ਵੀ ਪਾਸੇ ਤੁਸੀਂ ਅਪਲਾਈ ਕਰੋਗੇ, ਜਿਹੜੇ ਵੀ ਸਟਰੀਮ ਦੇ ਥਰੂ ਤੁਸੀਂ ਅਪਲਾਈ ਕਰੋਗੇ, ਇਹ ਕੁਆਲੀਫਿਕੇਸ਼ਨ ਦਿਖਾ ਕੇ ਤੁਹਾਨੂੰ ਕੋਈ ਇਹ ਨਹੀਂ ਕਹੇਗਾ ਕਿ ਇਹ ਫੇਕ ਹੈ, ਕਿਉਂਕਿ ਇਹ ਸਰਕਾਰੀ ਕੁਆਲੀਫਿਕੇਸ਼ਨ ਹੈ। ਦਿਸ ਇਜ਼ ਅ ਗਵਰਨਮੈਂਟ ਕੁਆਲੀਫਿਕੇਸ਼ਨ ਦੈਟ ਯੂ ਵਿਲ ਬੀ ਗੈਟਿੰਗ। ਨੋਬਡੀ ਕੈਨ ਕਾਲ ਇਟ ਫੇਕ, ਨੋਬਡੀ ਕੈਨ ਕਾਲ ਇਟ ਨੋਨ ਰੈਕੋਗਨਾਈਜ਼ਡ, ਇਟ ਇਜ਼ ਰੈਕੋਗਨਾਈਜ਼ਡ ਬਾਈ ਗਵਰਨਮੈਂਟ ਆਫ ਇੰਡੀਆ। ਇਟ ਵੁੱਡ ਰੀਅਲੀ ਬੀ ਹੈਲਪਫੁਲ ਫੋਰ ਐਵਰੀ ਓਪਰਚੁਨਿਟੀ ਦੈਟ ਯੂ ਵੁੱਡ ਬੀ ਲੁਕਿੰਗ ਟੂ ਸੈਟਲ ਇਨ ਅਬਰੋਡ ਔਰ ਗੋ ਅਬਰੋਡ ਔਰ ਸਟੱਡੀ ਇਨ ਅਬਰੋਡ। ਸੋ ਇਸ ਕੁਆਲੀਫਿਕੇਸ਼ਨ ਲਈ, ਨੈਨੀ ਕੁਆਲੀਫਿਕੇਸ਼ਨ ਲਈ, ਕੇਅਰ ਗਿਵਰ ਕੁਆਲੀਫਿਕੇਸ਼ਨ ਲਈ ਤੁਸੀਂ ਪਿਰਾਮਿਡ ਇੰਟਰਨੈਸ਼ਨਲ ਕਾਲਜ ਜੁਆਇਨ ਕਰ ਸਕਦੇ ਹੋ। ਆਓ ਇੱਕ ਵਾਰੀ ਟੂਰ ਕਰੋ, ਲੈਬ ਵਿਜ਼ਿਟ ਕਰੋ, ਸਾਡੀ ਨਰਸਿੰਗ ਫੈਕਲਟੀ ਨਾਲ ਗੱਲ ਕਰੋ, ਜਿਹੜੇ ਬੱਚੇ ਉੱਥੇ ਪੜ੍ਹ ਰਹੇ ਆ ਉਹਨਾਂ ਨਾਲ ਗੱਲ ਕਰੋ, ਔਰ ਉਸ ਤੋਂ ਬਾਅਦ ਤੁਸੀਂ ਆਪਣਾ ਡਿਸੀਜਨ ਲਵੋ। ਸਰ, ਨੈਕਸਟ ਕਾਲਰ ਨਾਲ ਗੱਲ ਕਰਦੇ ਹਾਂ। ਹੈਲੋ, ਨਮਸਕਾਰ ਮੈਮ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਜੀ, ਮੈਂ ਨਾ 2019 ਪਾਸ ਆਊਟ ਹੋਈ ਹਾਂ ਪਲੱਸ ਟੂ ਮੈਡੀਕਲ ਮੇ, ਔਰ ਮੇਰੇ 6 ਸੀਟਸ ਕੋ ਹੈ। ਕਿਆ ਮੈਂ ਆਸਟ੍ਰੇਲੀਆ ਕੇ ਲਿਏ ਅਪਲਾਈ ਕਰ ਸਕਤੀ ਹੂੰ? ਕਿਸਕੇ ਲਈ? ਆਸਟ੍ਰੇਲੀਆ ਕੇ ਲਈ। ਬਿਲਕੁਲ ਤੁਸੀਂ ਕਰ ਸਕਦੇ ਹੋ ਜੀ, ਬੈਚਲਰ ਆਫ ਹੈਲਥ ਸਾਇੰਸਿਸ ਆਸਟ੍ਰੇਲੀਆ ਵਿੱਚ ਤੁਸੀਂ ਡਿਗਰੀ ਕਰਨ ਜਾ ਸਕਦੇ ਹੋ। 3 ਸਾਲ ਦੀ ਬੈਚਲਰਸ ਡਿਗਰੀ ਹੈ, ਉਸ ਤੋਂ ਬਾਅਦ ਤੁਸੀਂ ਫਰਦਰ ਅਪਲਾਈ ਵੀ ਕਰ ਸਕਦੇ ਹੋ ਵਰਕ ਵੀਜ਼ਾ ਲਈ ਵੀ, ਤੁਹਾਨੂੰ 2 ਤੋਂ 3 ਸਾਲ ਦਾ ਵਰਕ ਵੀਜ਼ਾ ਮਿਲੇਗਾ। ਸੋ ਬਹੁਤ ਅੱਛੀ ਓਪਰਚੁਨਿਟੀਜ਼ ਹੈ, ਬੈਚਲਰ ਆਫ ਹੈਲਥ ਸਾਇੰਸਿਸ, ਬੈਚਲਰ ਆਫ ਕਿਨਸੀਓਲੋਜੀ, ਬੈਚਲਰ ਆਫ ਸੋਸ਼ਲ ਸਾਇੰਸਿਸ, ਇਹਨਾਂ ਦੀਆਂ ਕਾਫੀ ਡਿਮਾਂਡਸ ਵੀ ਹੈ। ਅਰਲੀ ਲਰਨਿੰਗ ਚਾਈਲਡ ਕੇਅਰ ਵਿੱਚ ਵੀ ਤੁਸੀਂ ਬੈਚਲਰਸ ਡਿਗਰੀ ਕਰ ਸਕਦੇ ਹੋ। ਸੋ ਬਹੁਤ ਅੱਛੀ ਓਪਰਚੁਨਿਟੀਜ਼ ਆਸਟ੍ਰੇਲੀਆ ਦੇ ਵਿੱਚ, ਤੁਸੀਂ ਆਪਣਾ ਫਰਦਰ ਨਾਲ ਸਪਾਊਸ ਵੀ ਲੈ ਕੇ ਜਾ ਸਕਦੇ ਹੋ, ਸਪਾਊਸ ਵੀਜ਼ਾ ਵੀ ਅਪਲਾਈ ਕਰ ਸਕਦੇ ਹੋ, ਜੇ ਤੁਹਾਡੀ ਕੱਲ੍ਹ ਦੀ ਏਜ ਮੈਰਿਜ ਹੋ ਜਾਂਦੀ ਹੈ, ਜੇ ਸਿੰਗਲ ਹੋ ਤਾਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਦਰਸ਼ਕੋ, ਪਿਰਾਮਿਡ ਈ ਸਰਵਿਸਿਜ਼ ਤੋਂ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਕਾਲ ਕਰ ਸਕਦੇ ਹੋ, ਨੰਬਰ ਹੈ 9256392563, ਨੰਬਰ ਤੁਹਾਡੀ ਸਕਰੀਨ 'ਤੇ ਵੀ ਆ ਰਿਹਾ। ਪਵਨੂਰ ਸਿੰਘ ਜੀ, ਸ਼ੋਅ ਵਿੱਚ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੇ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ।